ਅਸਲ ਦੇ ਵਿੱਚ ਜਿਹੜੇ ਧਰਮ ਹੈ ਇਹਦੇ ਖੇਤਰ ਦੇ ਵਿੱਚ ਔਰਤ ਕਦੇ ਵੀ ਗੁਰੂ ਨਹੀਂ ਬਣ ਸਕਦੀ। ਹੁਣ ਔਰਤਾਂ ਗੁਰੂ ਬਣੀਆਂ ਹੋਈਆਂ ਨੇ, ਹੁਣ ਦੇਖ ਰਹੇ ਬ੍ਰਹਮ ਕੁਮਾਰੀਆਂ ਦਾ ਧਰਮ, ਹੁਣ ਤਾਂ ਤੁਸੀਂ ਹੋ ਕੇ ਹੈ ਜਾਂ ਬ੍ਰਹਮ ਕੁਮਾਰੀਆਂ ਉਹਦੇ ਵਿੱਚ ਔਰਤਾਂ ਦਾ ਹੀ ਧਰਮ ਹੈ। ਉਹ ਤਾਂ ਕਹਿੰਦੇ ਆਪਣੇ ਘਰ ਵਾਲੀ ਨੂੰ ਭੈਣ ਸਮਝੋ, ਜਦ ਇਹਦੀ ਮੈਂ ਵਿਆਖਿਆ ਕੀਤੀ ਔਰਤਾਂ ਭੜਕਦੀਆਂ ਨੇ, ਫਿਰ ਤੁਸੀਂ ਭਾਈ ਭੜਕੋ ਨਾ, ਤੁਸੀਂ ਕਰਕੇ ਦਿਖਾਓ। ਅੱਜ ਤੱਕ ਭਗਤਾਂ 'ਚ ਕੋਈ ਔਰਤ ਨਹੀਂ ਹੈ, ਕੋਈ ਧਰਮ ਗ੍ਰੰਥ ਕਿਸੇ ਔਰਤ ਦਾ ਬਣਾਇਆ ਨਹੀਂ। ਬਣਾ ਦਿਓ ਫਿਰ ਅਸੀਂ ਮੰਨ ਲਾਂਗੇ, ਜੇ ਤਾਂ ਬਣਾ ਦਊਂਗੀਆਂ ਮੰਨ ਲਾਂਗੇ। ਅਸਲ ਦੇ ਵਿੱਚ ਜਿਹੜੇ ਧਰਮ ਹੈ ਇਹਦੇ ਖੇਤਰ ਦੇ ਵਿੱਚ ਔਰਤ ਕਦੇ ਵੀ ਗੁਰੂ ਨਹੀਂ ਬਣ ਸਕਦੀ। ਜੇ ਔਰਤ ਗੁਰੂ ਬਣੂ, ਹੁਣ ਔਰਤਾਂ ਗੁਰੂ ਬਣੀਆਂ ਹੋਈਆਂ ਨੇ, ਔਰਤਾਂ ਬੜਾ ਉਹ ਕਹਿੰਦੀਆਂ ਨੇ ਬਈ ਸਾਡੀ ਬੁਰਾਈ ਕਰਦਾ ਮੈਨੂੰ, ਬਈ ਪਤਾ ਨਹੀਂ। ਹੁਣ ਦੇਖ ਲੈਣ ਬ੍ਰਹਮ ਕੁਮਾਰੀਆਂ ਦਾ ਧਰਮ, ਹੁਣ ਤਾਂ ਤੁਸੀਂ ਹੋ ਕੇ ਹੈ ਜਾਂ ਬ੍ਰਹਮ ਕੁਮਾਰੀਆਂ ਉਹਦੇ ਵਿੱਚ ਉਹ ਜਿਹਨਾਂ ਨੇ ਔਰਤਾਂ ਹੀ ਔਰਤਾਂ ਨੇ ਸਾਰੀਆਂ, ਔਰਤਾਂ ਦਾ ਹੀ ਧਰਮ ਹੈ। ਉਹ ਤਾਂ ਕਹਿੰਦੇ ਆਪਣੇ ਘਰ ਵਾਲੀ ਨੂੰ ਭੈਣ ਸਮਝੋ, ਫਿਰ ਉਹਨਾਂ ਦੀ ਹੁਣ ਤੁਸੀਂ ਦੇਖ ਲਓ ਵੀ ਇਹ ਧਰਮ ਹੈ, ਇਹ ਧਰਮ ਹੈ ਨਹੀਂ। ਕਿਹੜੇ ਗ੍ਰੰਥ ਵਿੱਚ ਲਿਖਿਆ ਹੈ, ਉਹਨਾਂ ਦਾ ਬੇਸ ਕੀ ਹੈ? ਦੇਖੋ ਨਾ, ਵੇਦ ਵਿੱਚ ਇਹ ਨਹੀਂ ਗੱਲ ਪ੍ਰਮਾਣ ਕੀਤੀ ਹੋਈ। ਹਿੰਦੂ ਧਰਮ ਨਹੀਂ ਮੰਨਦਾ, ਕੋਈ ਦੁਨੀਆਂ ਦਾ ਧਰਮ ਮੰਨਦਾ ਹੀ ਨਹੀਂ, ਉਹ ਗੱਲ ਉਹਨਾਂ ਨੇ ਕਹਿਤੀ। ਜਿਸੇ ਵੀ ਧਰਮ ਗ੍ਰੰਥ ਦੀ ਆਥਰ ਲਿਖਾਰੀ ਕੋਈ ਔਰਤ ਨਹੀਂ ਹੈ, ਕਿਸੇ ਔਰਤ ਨੇ ਕੋਈ ਧਰਮ ਇੱਥੇ ਨਹੀਂ ਬਣਾਇਆ। ਕਿਉਂਕਿ ਧਰਮ ਦੇ ਜਿਹੜਾ ਲੈਵਲ ਹੈ ਇਹ ਦੁਨੀਆਂ ਤੋਂ ਉੱਚਾ ਉੱਠ ਕੇ ਹੁੰਦਾ, ਆਪਣੇ ਈਵਨ ਆਪਣੇ ਸਰੀਰ ਤੋਂ ਵੀ ਉੱਚਾ ਉੱਠ ਕੇ ਅਲੱਗ ਹੋ ਕੇ ਜਦ ਆਦਮੀ ਉੱਚਾ ਉੱਠਦਾ ਤਾਂ ਇਹ ਧਰਮ ਦੀ ਸਮਝ ਆਉਣ ਲੱਗਦੀ ਹੈ। ਇਹਨੂੰ ਸਮਝਣ ਵਾਸਤੇ ਮਾਇਆ ਤੋਂ ਉੱਚਾ ਉੱਠਣਾ ਪੈਂਦਾ, ਅਤੇ ਔਰਤ ਤਾਂ ਮਾਇਆ ਦਾ ਹੀ ਅਵਤਾਰ ਹੈ, ਇਹ ਤਾਂ ਰੂਪ ਹੈ ਮਾਇਆ ਦਾ। ਕਿਉਂ? ਇਹ ਇੱਕ ਆਤਮਾ ਨੂੰ ਮਾਇਆ ਨਾਲ ਜੋੜਦੀ ਹੈ, ਸਰੀਰ ਦਿੰਦੀ ਹੈ ਨਾ, ਸਰੀਰ ਮਾਇਆ ਨਾ, ਮਾਇਆ ਨਾਲ ਜੋੜਨਾ ਇਹਦਾ ਕੰਮ ਹੈ। ਇਹਦੇ 'ਚ ਸ਼ਕਤੀ ਕਹਿ ਲਓ, ਕਲਾ ਕਹਿ ਲਓ, ਇਹਦੇ 'ਚ ਪਾਵਰ ਕਹਿ ਲਓ, ਪਰਮੇਸ਼ਰ ਨੇ ਦਿੱਤੀ ਹੈ। ਇਹਦਾ ਬੌਧਿਕ ਲੈਵਲ ਵੀ ਉਹੋ ਜਿਹਾ ਹੀ ਦਿੱਤਾ। ਜਿਹਦਾ ਕੰਮ ਹੈ ਮਾਇਆ ਨਾਲ ਜੋੜਨਾ, ਧਰਮ ਦਾ ਕੰਮ ਹੈ ਮਾਇਆ ਨੂੰ ਤੋੜਨਾ, ਅਤੇ ਧਰਮ ਤਾਂ ਫਿਰ ਉਲਟਾ ਇਹਦੇ ਨੂੰ, ਇਹਦਾ ਧਰਮ ਤੋਂ ਉਲਟ ਕੰਮ ਕਰ ਰਹੀ ਹੈ। ਹਾਲਾਂਕਿ ਜੋੜ ਰਹੀ ਹੈ, ਤੋੜਨ ਵਾਸਤੇ ਹੀ ਜੋੜ ਰਹੀ ਹੈ। ਕੁਹਾੜੀ ਦੇ ਵਿੱਚ ਲੋਹੇ ਦੀ ਕੁਹਾੜੀ ਹੁੰਦੀ ਹੈ, ਕੁਹਾੜਾ ਹੁੰਦਾ, ਅਸੀਂ ਉਹ 'ਚ ਲੱਕੜ ਦਾ ਦਸਤਾ ਪਾਉਂਦੇ ਹਾਂ। ਕਾਹਦੇ ਵਾਸਤੇ ਪਾਉਂਦੇ ਹਾਂ? ਲੱਕੜ ਵੱਢਣ ਵਾਸਤੇ ਪਾਉਂਦੇ ਹਾਂ। ਲੱਕੜੇ ਕੱਟਣੀ ਹੈ ਬਾਅਦ 'ਚ ਉਹਨੇ, ਲੋਹਾ ਨਹੀਂ ਕੱਟਣਾ, ਲੇਕਿਨ ਦਸਤੇ ਬਿਨਾਂ ਨਹੀਂ ਕੱਟਦਾ। ਇਵੇਂ ਆ ਜਿਹੜਾ ਸਰੀਰ ਸਾਡਾ ਦਸਤਾ ਹੈ, ਸਰੀਰ ਸਾਡਾ ਜਿਹੜਾ ਅੰਦਰ ਹੈ ਨਾ ਸਾਰ ਆਤਮਾ, ਉਹ ਕੁਹਾੜੀ ਮੰਨ ਲਈ, ਕੁਹਾੜਾ ਮੰਨ ਲਈਏ, ਆਹ ਸਰੀਰ ਦਸਤਾ ਹੈ, ਇਹਦੇ ਬਿਨਾਂ ਮਾਇਆ ਨਹੀਂ ਕੱਟ ਹੁੰਦੀ। ਮਾਇਆ ਹੀ ਕੱਟਣੀ ਹੈ, ਮਾਇਆ ਦੇ ਦਸਤੇ ਨਾਲ ਕੱਟਣੀ ਹੈ। ਪਰ ਇਹ ਗੱਲ ਸਮਝਣ ਵਾਲੀ ਹੈ ਜਿਹੜੀ ਤੁਸੀਂ ਕਹਿੰਦੇ ਤੇ ਨਾ ਵੀ ਕੋਈ ਉਹਦੀ ਗੱਲ ਦੱਸੋ ਬ੍ਰਹਮ ਗਿਆਨ ਦੀ, ਸਪਿਰਚੁਅਲਿਜ਼ਮ ਦੀ, ਇਹ ਗੱਲ ਹੈ। ਯਾਨੀ ਸਰੀਰ ਦੇਖੋ ਦਿੱਤਾ ਹੈ ਔਰਤ ਨੇ, ਦਸਤਾ ਉਹਨੇ ਹੀ ਪਾਇਆ ਹੈ, ਦਸਤਾ ਮਿਸਤਰੀ ਉਹ ਪਾਉਂਦਾ ਹੈ ਰੰਧ ਕੇ, ਪਰ ਲੱਕੜ ਕੋਈ ਹੋਰ ਕੱਢਦਾ। ਦਸਤਾ ਪਾਉਣ ਵਾਲਾ ਹੋਰ ਹੈ, ਲੱਕੜਾਂ ਕੱਟਣ ਵਾਲਾ ਹੋਰ ਹੈ। ਹੁਣ ਇਹ ਦਸਤਾ ਪਾ ਰਹੀ ਹੈ, ਇਹਦੀ ਫੈਕਟਰੀ ਹੈ ਦਸਤਾ ਪਾਉਣ ਦੀ, ਇਹਦੇ ਕੋਲ ਜਾਂ ਕਲਾ ਹੈ ਇਹਦੇ ਕੋਲ ਕਹਿ ਲਓ, ਜਾਂ ਪਾਵਰ ਹੈ ਇਹਦੇ ਕੋਲ ਕਹਿ ਲਓ, ਕਿਸੇ ਕੋਲ ਪਾਵਰ ਹੈ ਹੀ ਨਹੀਂ, ਪਰਮੇਸ਼ਰ ਕੋਲ ਵੀ ਪਾਵਰ ਨਹੀਂ ਹੈ, ਇਹਨੂੰ ਦੇ ਦਿੱਤੀ ਹੈ ਪਾਵਰ। ਇਹ ਕੋਈ ਛੋਟੀ ਪਾਵਰ ਨਹੀਂ ਹੈ ਇਹ ਵੀ। ਆਦਮੀ ਮੁਕਤ ਨਹੀਂ ਹੋ ਸਕਦਾ ਜੇ ਸਰੀਰ ਨਾ ਹੋਵੇ, ਇਹ ਮਾਇਆ ਨੂੰ ਨਹੀਂ ਕੱਟ ਸਕਦਾ ਇਹਦੀ ਆਤਮਾ ਜੇ ਸਰੀਰ ਨਾ ਹੋਵੇ। ਇਹ ਛੋਟੀ ਪਾਵਰ ਹੈ ਔਰਤ ਦੀ, ਪਰ ਜਿਹੜੀ ਗਾਹਾਂ ਦੀ ਪਾਵਰ ਹੈ ਇਹ ਜੀਵਨ ਦੇ ਰਹੀ ਹੈ। ਸੰਸਾਰੀ ਜੀਵਨ ਆ ਨਾ, ਸਰੀਰ ਦੇ ਤਾਂ ਜੀਵਨ ਹੋ ਗਿਆ, ਪਰ ਜਿਹੜਾ ਸਤਿਗੁਰ ਉਹ ਮਾਰ ਰਿਹਾ, ਸਰੀਰ ਛੁਡਾ ਰਿਹਾ ਜਿਉਂਦੇ ਦਾ ਹੀ, ਉਹ ਮਾਰ ਰਿਹਾ। ਉਹ ਕਹਿੰਦਾ ਮਰਨ ਕਬੂਲ, ਇਹ ਮਰਨ ਕਬੂਲ ਵਾਲੇ ਗੱਲ ਨਹੀਂ ਕਹਿ ਸਕਦੀ। ਉਹ ਪਾਵਰ ਇਹਨੂੰ ਨਹੀਂ ਦਿੱਤੀ, ਉਹ ਬੁੱਧ ਨਹੀਂ ਦਿੱਤੀ,
ਇਹ ਤਾਂ ਕੋਮਲ ਬੁੱਧ ਹੈ ਇਹਦੇ ਕੋਲ, ਇਹ ਨਹੀਂ ਸੋਚ ਸਕਦੀ ਵੀ ਇਹਦਾ ਜੰਮਿਆ ਹੋਇਆ ਬੱਚਾ ਚਾਹੇ ਧਰਮ ਹੋਵੇ ਵੀ ਉਹ ਜਾਨ ਦੇ ਪ੍ਰਾਣ ਦੇ ਦੇਵੇ ਧਰਮ ਵਾਸਤੇ, ਧਰਮ ਵਾਸਤੇ ਜਾਂ ਪ੍ਰਾਣ ਦੇਣ ਦੀ ਗੱਲ ਆਈ ਨਾਮਦੇਵ ਦੀ, ਨਾਮਦੇਵ ਦੀ ਮਾਂ ਕਹਿ ਰਹੀ ਹੈ ਰਾਮ ਛੱਡ ਕੇ ਨਾ ਭਜੇ ਖੁਦਾ ਹੈ, ਕਹਿੰਦੀ ਛੱਡਦੇ ਰਾਮ ਨੂੰ ਖੁਦਾ ਕਹਿ ਲੈ ਕੀ ਫਰਕ ਪੈਂਦਾ, ਇਹਦਾ ਮਤਲਬ ਧਰਮ ਤੋਂ ਡੇਗ ਰਹੀ ਹੈ। ਇਹ ਤਾਂ ਗੁਰਬਾਣੀ 'ਚ ਪਈ ਹੈ ਮਿਸਾਲ, ਇਹਨੂੰ ਕਿੱਥੇ ਲੈ ਜਾਈਏ ਅਸੀਂ? ਜਦ ਇਹਦੀ ਮੈਂ ਵਿਆਖਿਆ ਕੀਤੀ ਔਰਤਾਂ ਭੜਕਦੀਆਂ ਨੇ, ਫਿਰ ਤੁਸੀਂ ਭਾਈ ਭੜਕੋ ਨਾ, ਤੁਸੀਂ ਕਰਕੇ ਦਿਖਾਓ। ਅੱਜ ਤੱਕ ਭਗਤਾਂ 'ਚ ਕੋਈ ਔਰਤ ਨਹੀਂ ਹੈ, ਕੋਈ ਧਰਮ ਗ੍ਰੰਥ ਕਿਸੇ ਔਰਤ ਦਾ ਬਣਾਇਆ ਨਹੀਂ, ਬਣਾ ਦਿਓ ਫਿਰ ਅਸੀਂ ਮੰਨ ਲਵਾਂਗੇ, ਜੇ ਤਾਂ ਬਣਾ ਦਿਓਗੀਆਂ ਮੰਨ ਲਵਾਂਗੇ।